ਪੰਜਾਬ ਦੀ ਪਰੰਪਰਾਗਤ ਆਰਥਿਕਤਾ ਜਿਸ ਦਾ ਮੂਲ ਆਧਾਰ ਪਿੰਡ ਦੀ ਸਵੈ ਨਿਰਭਰਤਾ ਵਿੱਚ ਨਿਹਿਤ ਸੀ ਬਰਤਾਨੀ ਸਾਮਰਾਜ ਦੀ ਉਪਰੋਕਤ ਮੰਗ ਕਾਰਨ ਛੇਤੀ ਹੀ ਖੁਰਨ ਲੱਗੀ ਪੰਜਾਬ ਤਾਂ ਵੱਧ ਤੋਂ ਵੱਧ ਆਰਥਿਕ ਸ਼ੋਸ਼ਣ ਕਰਨ ਲਈ ਅਤੇ ਇੱਥੋਂ ਦੇ ਲੋਕਾਂ ਦਾ ਦਿਲ ਜਿੱਤਣ ਲਈ ਉਹਨਾਂ ਨੇ ਪੰਜਾਬ ਦੀ ਖੇਤੀਬਾੜੀ ਦੇ ਵਿਕਾਸ ਲਈ ਕਈ ਕਦਮ ਚੁੱਕੇ ਪੰਜਾਬ ਵਿੱਚ ਸਿੰਜਾਈ ਦੇ ਸਾਧਨਾਂ ਦਾ ਵਿਕਾਸ ਕੀਤਾ 12 ਵਸਾਈਆਂ ਖੇਤੀਬਾੜੀ ਦਾ ਮਹਿਕਮਾ ਖੋਲ੍ਹਿਆ ਅਤੇ ਸਹਿਕਾਰੀ ਲਹਿਰ ਚਲਾਈ ਸਿੱਟੇ ਵਜੋਂ ਪੰਜਾਬ ਦੀ ਜ਼ਰਾਇਤੀ ਉਪਜ ਵਿੱਚ ਵਾਧਾ ਹੋਇਆ ਕਿਸਾਨੀ ਦੀ ਹਾਲਤ ਵਿੱਚ ਵੀ ਕੁਝ ਸੁਧਾਰ ਹੋਇਆ ਜਿਸ ਕਾਰਨ ਉਸਨੇ ਪਦਾਰਥਕ ਪ੍ਰਗਤੀ ਵੱਲ ਰੁਚੀ ਦਿਖਾਈ ਪੰਜਾਬ ਦੇ ਪਿੰਡਾਂ ਵਿੱਚ ਵੱਸਦੇ ਸਧਾਰਨ ਅਤੇ ਮੋਹ ਮਾਇਆ ਤੋਂ ਨਿਰਲੇਪਤਾ ਵਾਲਾ ਜੀਵਨ ਬਸਰ ਕਰਨ ਵਾਲੇ ਲੋਕਾਂ ਵਿੱਚ ਵਸਤਾਂ ਦੀ ਲਾਲਸਾ ਪੈਦਾ ਹੋ ਗਈ ਇਉਂ ਉਹਨਾਂ ਦਾ ਦ੍ਰਿਸ਼ਟੀਕੋਣ ਵੀ ਹੌਲੀ ਹੌਲੀ ਪਦਾਰਥਵਾਦੀ ਹੁੰਦਾ ਗਿਆ ਉਪਰੋਕਤ ਕਾਰਨਾਂ ਦੇ ਸਿੱਟੇ ਵਜੋਂ ਪੰਜਾਬ ਦੀ ਫਸਲਾਂ ਦਾ ਵਣਜੀਕਰਨ ਹੋ ਗਿਆ ਪਰੰਤੂ ਕੁਦਰਤੀ ਆਫਤਾਂ ਸਮਾਜਿਕ ਰਸਮਾਂ ਉੱਤੇ ਕਮਾਈ ਤੋਂ ਜ਼ਿਆਦਾ ਖਰਚ ਕਰਨ ਲਗਾਤਾਰ ਲਗਾਨ ਆਦਿ ਦੇ ਵੱਧਦੇ ਬੋਝ ਅਤੇ ਸੂਦਖੋਰ ਸ਼ਾਹੂਕਾਰਾਂ ਦੇ ਹੱਥ ਕੰਡਿਆਂ ਨੇ ਪੰਜਾਬ ਦੀ ਇਸ ਸਾਰੀ ਉੱਨਤੀ ਨੂੰ ਵਿਅਰਥ ਬਣਾ ਦਿੱਤਾ ਅੰਗਰੇਜ਼ਾਂ ਦੀ ਕ੍ਰਿਸ਼ੀ ਨੀਤੀ ਕਾਰਨ ਭੋਂ ਨਿੱਜੀ ਜਾਇਦਾਦ ਬਣ ਗਈ ਕਾਨੂੰਨ ਅਨੁਸਾਰ ਜ਼ਮੀਨ ਵੀ ਮੰਡੀ ਦੀ ਜਿਨਸ ਬਣ ਗਈ ਪਰੰਤੂ ਸਰਕਾਰੀ ਮਾਲੀਆ ਇੰਨਾ ਜ਼ਿਆਦਾ ਸੀ ਕਿ ਕਿਸਾਨ ਹੀ ਅਦਾ ਕਰਨ ਤੋਂ ਸਮਰੱਥ ਸਨ ਇਸ ਸਮੇਂ ਦੌਰਾਨ ਭਾਵੇਂ ਸਰਕਾਰ ਨੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਕਰਨ ਲਈ ਕੁਝ ਕਦਮ ਚੁੱਕੇ ਪਰੰਤੂ ਨਤੀਜਾ ਇਹ ਨਿਕਲਿਆ ਕਿ ਕਾਸ਼ਤਕਾਰਾਂ ਦੀ ਹਾਲਤ ਸੁਧਰਨ ਦੀ ਬਜਾਏ ਖਰਾਬ ਹੁੰਦੀ ਚਲੀ ਗਈ ਪੰਜਾਬ ਦਾ ਕਿਸਾਨ ਸ਼ਾਹੂਕਾਰਾਂ ਅਤੇ ਸਰਕਾਰ ਦਾ ਕਰਜ਼ਈ ਹੋਣ ਲੱਗਾ ਇਉਂ ਤਜਾਰਤ ਅਤੇ ਸ਼ਾਹੂਕਾਰੀ ਉੱਤੇ ਆਧਾਰਿਤ ਮੱਧ ਵਰਗੀ ਜਮਾਤ ਆਰਥਿਕ ਤੌਰ 'ਤੇ ਹੋਰ ਮਜ਼ਬੂਤ ਹੋਣ ਲੱਗੀ ਅਜਿਹੀ ਸੰਕਟਗ੍ਰਸਤ ਹਾਲਤ ਵਿੱਚ ਪੰਜਾਬ ਦੇ ਕਿਸਾਨੀ ਪਾਸ ਦੋ ਹੀ ਰਾਹ ਸਨ ਪਹਿਲਾ ਖੱਟਣ ਕਮਾਉਣ ਲਈ ਵਿਦੇਸ਼ਾਂ ਵਿੱਚ ਜਾਇਆ ਜਾਵੇ ਦੂਜਾ ਬਰਤਾਨਵੀ ਫੌਜ ਵਿੱਚ ਭਰਤੀ ਹੋਇਆ ਜਾਵੇ 1906 ਤੋਂ 7 ਤੱਕ 2923 ਕਿਸਾਨ ਬਾਹਰ ਜਾ ਚੁੱਕੇ ਸਨ 1914 ਵਿੱਚ ਬਾਹਰ ਗਏ ਭਾਰਤੀਆਂ ਦੀ ਕੁੱਲ ਗਿਣਤੀ 20 ਲੱਖ ਸੀ ਜਿਨ੍ਹਾਂ ਵਿੱਚੋਂ ਪੰਜਾਬੀ ਸਿੱਖ ਕਿਸਾਨਾਂ ਖੱਟਣ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨੇ ਜਦੋਂ ਉਹਨਾਂ ਆਜ਼ਾਦ ਮੁਲਕਾਂ ਦੀ ਆਜ਼ਾਦ ਫਿਜ਼ਾ ਵਿੱਚ ਸਾਹ ਲਿਆ ਤਾਂ ਉਹਨਾਂ ਨੂੰ ਗੁਲਾਮੀ ਅਤੇ ਆਜ਼ਾਦੀ ਵਿਚਲੇ ਅੰਤਰ ਦਾ ਅਹਿਸਾਸ ਹੋਇਆ ਸਿੱਟੇ ਵਜੋਂ ਦੇਸ਼ ਦੀ ਆਜ਼ਾਦੀ ਲਈ ਜਥੇਬੰਦਕ ਘੋਲ ਲੜਨ ਲਈ ਉਹਨਾਂ ਵਿੱਚੋਂ ਕੁਝ ਕੁ ਜਿਵੇਂ ਬਾਬਾ ਸੋਹਣ ਸਿੰਘ ਭਕਨਾ ਬਾਬਾ ਗੁਰਦਿੱਤ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਪ੍ਰੋਫੈਸਰ ਹਰਦਿਆਲ ਆਦਿ ਨੇ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ 1912-13 ਵਿੱਚ ਗਦਰ ਪਾਰਟੀ ਦੀ ਨੀਂਹ ਰੱਖੀ ਅਤੇ ਇਸ ਦੇ ਪ੍ਰਚਾਰ ਲਈ ਗਦਰ ਨਾਂ ਦਾ ਅਖ਼ਬਾਰ ਕੱਢਿਆ ਜਨਵਰੀ 1914 ਵਿੱਚ ਗੁਰਮੁਖੀ ਪ੍ਰੈਸ ਕਾਇਮ ਕਰਕੇ ਪਰਚਾ ਗਦਰ ਗੁਰਮੁਖੀ ਵਿੱਚ ਛਪਣ ਲੱਗ ਪਿਆ ਪਹਿਲੇ ਵਿਸ਼ਵ ਯੁੱਧ ਵਿੱਚ ਬਹੁਤ ਸਾਰੇ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ ਫੌਜੀ ਬਾਹਰਲੇ ਮੁਲਕਾਂ ਵਿੱਚ ਬਰਤਾਨਵੀ ਸਾਮਰਾਜ ਦੀ ਸਹਾਇਤਾ ਲਈ ਗਏ ਲੜਾਈ ਦੌਰਾਨ ਬਾਹਰਲੇ ਮੁਲਕਾਂ ਦੇ ਅਨੁਭਵ ਨੇ ਪੰਜਾਬੀ ਸਿਪਾਹੀਆਂ ਅੰਦਰ ਇੱਕ ਨਵਾਂ ਅਹਿਸਾਸ ਅਤੇ ਜੋਸ਼ ਪੈਦਾ ਕੀਤਾ ਜੀਵਨ ਬਾਰੇ ਆਪਣੀ ਸਮਰੱਥਾ ਅਤੇ ਸ਼ਕਤੀ ਬਾਰੇ ਉਹਨਾਂ ਵਿੱਚ ਇੱਕ ਨਵੀਂ ਤਰ੍ਹਾਂ ਦੀ ਚੇਤਨਾ ਜਾਗੀ ਦੇਸ਼ ਵਿੱਚ ਪੈਦਾ ਹੋਈ ਰਾਸ਼ਟਰੀ ਚੇਤਨਾ ਅਤੇ ਰਾਸ਼ਟਰੀ ਪੱਧਰ 'ਤੇ ਕਈ ਸਮਾਜਿਕ ਅਤੇ ਰਾਜਸੀ ਮੰਚਾਂ ਤੋਂ ਸਥਾਨਕ ਇਲਾਕਾਈ ਅਤੇ ਰਾਸ਼ਟਰ ਪੱਧਰ ਦੇ ਮੁੱਦਿਆਂ ਬਾਰੇ ਆਵਾਜ਼ਾਂ ਬੁਲੰਦ ਹੋਈਆਂ ਬਰਤਾਨਵੀ ਸਰਕਾਰ ਉੱਤੇ ਦਬਾਅ ਪਾਉਣ ਲਈ ਉਹਨਾਂ ਨੇ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਬਰਤਾਨਵੀ ਰਾਜ ਦੀਆਂ ਸ਼ੋਸ਼ਣਕਾਰੀ ਅਤੇ ਦਮਨਕਾਰੀ ਨੀਤੀਆਂ ਦੇ ਵਿਰੋਧ ਪ੍ਰਤੀਰੋਧ ਵਿੱਚ ਜਿੱਥੇ ਲੋਕ ਅਹਿੰਸਕ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਲੱਗੇ ਉੱਥੇ ਗਰਮ ਅਤੇ ਜੁਝਾਰੂ ਨੌਜਵਾਨਾਂ ਨੇ ਬਰਤਾਨਵੀ ਸ਼ਾਸਨ ਵਿਰੁੱਧ ਲੋਕਾਂ ਦੇ ਢਾਹੇ ਜਾਂਦੇ ਤਸ਼ੱਦਦ ਨੂੰ ਲਲਕਾਰਿਆ ਉਹਨਾਂ ਵੱਲੋਂ ਇਸ ਦਾ ਬਦਲਾ ਲੈਣ ਲਈ ਜਵਾਬੀ ਕਾਰਵਾਈਆਂ ਵੀ ਕੀਤੀਆਂ ਗਈਆਂ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਇੰਗਲੈਂਡ ਪਹੁੰਚ ਗਿਆ ਜਿੱਥੇ ਉਸਨੇ ਜਨਰਲ ਡਾਇਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਹਿਲੇ ਸੰਸਾਰ ਯੁੱਧ ਪਿੱਛੋਂ ਪੰਜਾਬ ਵਿੱਚ ਧਾਰਮਿਕ ਰਾਜਸੀ ਅਤੇ ਸਮਾਜਿਕ ਆਜ਼ਾਦੀ ਲਈ ਘੋਲ ਤਿੱਖੇ ਹੋਣ ਲੱਗੇ 20 ਸਦੀ ਦੇ ਮੁੱਢਲੇ ਦਹਾਕੇ ਤੋਂ ਹੀ ਪੰਜਾਬ ਵਿੱਚ ਜਿੰਨੇ ਵੀ ਪ੍ਰਤੀਰੋਧ ਦੇ ਅੰਦੋਲਨ ਲਹਿਰਾਂ ਚੱਲੀਆਂ ਉਹ ਸਾਰੀਆਂ ਵਿਆਪਕ ਪੱਧਰ 'ਤੇ ਆਈ ਰਾਸ਼ਟਰੀ ਚੇਤਨਾ ਦਾ ਹੀ ਨਤੀਜਾ ਸੀ ਜਿਸ ਦਾ ਮਨੋਰਥ ਬਰਤਾਨਵੀ ਰਾਜ ਤੋਂ ਮੁਕਤੀ ਪਾਉਣਾ ਸੀ 1900 ਈਸਵੀ ਵਿੱਚ ਬਰਤਾਨਵੀ ਸਾਮਰਾਜ ਨੇ ਜੋ ਜ਼ਮੀਨ ਦੀ ਮਲਕੀਅਤ ਸੰਬੰਧੀ ਕਾਨੂੰਨ ਪਾਸ ਕੀਤਾ ਉਸ ਕਾਨੂੰਨ ਦੇ ਵਿਰੁੱਧ ਕਿਸਾਨੀ ਦੀ ਲਹਿਰ ਚੱਲੀ ਜਿਸ ਵਿੱਚ ਪਗੜੀ ਸੰਭਾਲ ਜੱਟਾਂ ਦੇ ਕਾਵਿਕ ਬੋਲ ਇੱਕ ਅਜਿਹੇ ਰਾਜਸੀ ਚਿੰਨ੍ਹ ਵਜੋਂ ਉਭਰੇ ਜਿਸ ਨੇ ਇੱਕ ਪਾਸੇ ਪੰਜਾਬ ਦੀ ਕਿਸਾਨੀ ਅਤੇ ਦੂਜੇ ਪਾਸੇ ਕ੍ਰਿਸ਼ੀ ਕਾਨੂੰਨ ਦੇ ਲੋਕ ਵਿਰੋਧੀ ਹੋਣ ਦੀ ਗਵਾਹੀ ਭਰੀ ਇਸ ਕਾਨੂੰਨ ਵਿਰੁੱਧ ਉੱਠਿਆ ਕਿਰਤੀ ਕਿਸਾਨੀ ਅੰਦੋਲਨ ਆਪਣੇ ਸੰਗਠਨ ਅਤੇ ਮਕਸਦ ਵਿੱਚ ਇੰਨਾ ਸਸ਼ਕਤ ਅਤੇ ਦ੍ਰਿੜ ਸੀ ਜਿਸ ਨੇ ਅੰਗਰੇਜ਼ੀ ਸ਼ਾਸਨ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਗਦਰ ਲਹਿਰ ਰੋਲਟ ਐਕਟ ਅਤੇ ਮਾਰਸ਼ਲ ਲਾ ਵਰਗੇ ਕਾਨੂੰਨਾਂ ਦਾ ਆਤੰਕ ਇਹਨਾਂ ਵਿਰੁੱਧ ਉੱਠਿਆ ਅੰਦੋਲਨ ਜਲ੍ਹਿਆਂਵਾਲੇ ਬਾਗ ਦੀ ਤ੍ਰਾਸਦੀ ਦੇ ਇਸ ਪ੍ਰਤੀ ਲੋਕਾਂ ਦਾ ਤਿੱਖਾ ਰੋਸ ਅਤੇ ਰੋਹ ਖਿਲਾਫਤ ਲਹਿਰ ਮਹਾਤਮਾ ਗਾਂਧੀ ਦੁਆਰਾ ਚਲਾਈ ਨਾ ਮਿਲਵਰਤਨ ਅਤੇ ਸਵਦੇਸ਼ੀ ਦੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਬੱਬਰ ਖਾਲਸਾ ਲਹਿਰ ਨੌਜਵਾਨ ਭਾਰਤ ਸਭਾ ਅਤੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸ਼ਹਾਦਤ
रावी किनारे कांग्रेस का पूर्ण आजादी का मता 1942 ईस्वी के भारत छड़ो अंदोलन में पंजाबियों की भरवीं शमूलियत और समुचे आजादी संग्राम में पंजाबियों दी सब तो वध कुर्बानियां कुछ अजिहियां प्रमुख मिसालां हैं जिहड़ियां पंजाबियों के निडर दलेर ते कुर्बानी वाले जज्बे की प्रमाणिकता दर्शाउंदियां हन। इन्हों लहरों के फलस्वरूप पंजाब में राष्ट्रवादी अंदोलन होर जोर फड़ गया। यह लहर भारत में सांस्कृतिक वखरेविया की अनेकता एकता दमुख प्रेरक बनिया। 15 अगस्त 1947 देश आज़ाद होया, परंतु बरतानवी राज वालों स्थानक सरकार जो धर्म आधारित हल्के बना के धार्मिक संप्रदायिकता के बीज बोए उसने साड़ी आज़ादी के जश्न में अपनी संप्रदायिक हिंसा का रंग दिखाया। पंजाब की वंड भारत के इतिहास में कटी अजिही खूनी अमानवी ते भयानक घटना है जिसकी उदाहरण विश्व के इतिहास में नहीं मिलती। होरेस अलैक्जेंडर लिखता है कि मनुखता के खूनी इतिहास में अजिहियां बहुत सारिया उदाहरण मौजूद होणगियां जिस विच इन्नी ज़्यादा जां इस तों भी वध हिंसा की गई होगी, पर यह गल संभव हद तक सच है कि आबादी का इन्ना ज़्यादा वटांदरा कदे नहीं होया। बुलगारिया ते यूनान 1919 ईस्वी के नेवेली समझौते अधीन और यूनान ते तुर्की विचकार 1923 ईस्वी के लाउसान समझौते अधीन जेड़े लोग घरों बेकार होए उन्होंने गिनती 20 लाख तो वध नहीं सी। हुण तक के इतिहास में तुर्की के यूनान में होए आबादी के वटांदरे को संसार का सब तो वड्डा वटांदरा समझा जाता है, परंतु पूर्वी ते पछमी पंजाब विच अजिहे अभागे लोगों की गिनती 80 लाख तो उपर दसी गई है। तुर्की यूनान ते बुलगारिया देशों विचकार होए आबादी के वटांदरे समय प्रभावित लोगों को अपने पिछे छड़ी जायदाद के पूरे मुल की गरंटी दी गई सी, जदों की पूर्वी ते पछमी पंजाब विच प्रभावित लोगों को फसादां दी भयानक तबाही ते हफड़ा दफड़ी दौरान अपना सब कुछ पिछे छड़ के दौड़ना पिया। संबंधित सरकारां वल्लों जो क्लेम उन्हां नूं दित्ते गए ओह असल जायदाद दे मुल तों बहुत घट सन। पंजाब दा इह बंटवारा सिर्फ दो फिरकियां दी भूगोलिक हिजरत नहीं सी, सगों इह पंजाबी वसेबे, पंजाबी सभ्याचार, पंजाबी भाषा ते पंजाब दे सांझे लोकमन दा बंटवारा सी जिसने समुची पंजाबी दे सीने नूं वलूंदर के रख दिता अते इस दे जख्म अजे तक भी नहीं भरे। स्पष्ट है कि पंजाबी सभ्याचार ते इस विच उगड़दी ते उभरदी पंजाबी दी तासीर ते पछाण लई किसी एक आर्काइव्स नूं आधार नहीं बनाया जा सकता। इस दे लई पंजाबी सभ्याचार दीआं समूह लोक धराई सिरजनावां दे नाल नाल इस दे सभ्याचारक भूगोलिक प्रकृतिक इतिहासिक समाजिक आर्थिक राजनीतिक अते लोक मन दे विशाल भंडार दी डूंगी तफसील करनी पवेगी। इस विचों जो सांझे मुल्लां आदर्शां रीतियां ते मानतावां दे पैटर्न प्राप्त होणगे उन्हां राहीं पंजाबीआं दे असल सरूप ते सुभाअ दी निशानदेही हो सकदी है। इह कारज बहुपक्षी ते बहुअनुशासनी है जिस लई संस्थाई यतन दी लोड़ है। समुचे रूप विच कहा जा सकदा है कि पंजाबीयत पंजाब दे वसेबे, इस दी अमीर विरासत, इस दे वन सुवन्ने सभ्याचार भाषा अते इसकी विशाल ते उदार मनोभावकता विच ढली नवेकली पछाण है। इस पछाण विच इसकी भूगोलिक स्थिति ते पौन पानी दी बहुरंगी प्रकृति अपने इतिहासिक दौर दीआं चुनौतियां ते होए बाहरी हमलियां विरुद्ध लड़न